ਕੌਣ ਕਹਿੰਦਾ ਉੱਚੇ ਉੱਚੇ ਪਰਬਤ ਝੁਕਦੇ ਨੀ ਝੁਕਦੇ ਨੇ ਸਭ ਜੀ ਝੁਕਾਉਣ ਵਾਲੇ ਚਾਹੀਦੇ ਕਿਹੜਾ ਕਹਿੰਦਾ ਜੀਣ ਨਹੀਂ ਉਹ ਦਿੰਦਾ ਇਸ ਜ਼ਮਾਨਾ ਇਸ ਦੁਨੀਆਂ ਨੂੰ ਅੱਗੇ ਅੱਗੇ ਲਾਉਣ ਵਾਲੇ ਚਾਹੀਦੇ ਹਾਰੇ ਹੋਏ ਜੌਨੀ ਇੱਥੇ ਦਿੰਦੇ ਨੇ ਦਲੀਲਾਂ ਇਸ ਦੁਨੀਆਂ 'ਤੇ ਜਿੱਤ ਕੇ ਦਿਖਾਉਣ ਵਾਲੇ ਚਾਹੀਦੇ ਕੰਮ ਕੋਈ ਹੋਵੇ ਛੋਟਾ ਹੋਵੇ ਵੱਡਾ ਹੋਵੇ ਨੈੱਟ 'ਤੇ ਹੋਵੇ ਜਾਂ ਆਫ ਨੈੱਟ ਹੋਵੇ ਲਾਈਨ ਹੋਵੇ ਜਾਂ ਆਫਲਾਈਨ ਹੋਵੇ ਕਰਨ ਵਾਲੇ ਦੇ ਉੱਤੇ ਡਿਪੈਂਡ ਕਰਦਾ ਹੈ ਅਤੇ ਕੁਝ ਲੋਕ ਇਹੋ ਜਿਹੇ ਹੁੰਦੇ ਜਿਹੜਾ ਕੰਮ ਫੜਦੇ ਨੇ ਸਿਰੇ ਦਾ ਕੰਮ ਕਰਦੇ ਨੇ ਅਤੇ ਉਹਨਾਂ ਯੂਟਿਊਬਰਸ ਦੇ ਵਿੱਚੋਂ ਇੱਕ ਖਾਸ ਨਾਮ ਹੈ ਜੀ ਦਾ ਇੰਡੀਅਨ ਸੈਵੇਜ ਯਾਨੀ ਰਿਸ਼ਭ ਜਿਨ੍ਹਾਂ ਦੇ ਯੂਟਿਊਬ ਚੈਨਲ 'ਤੇ ਮੋਰ ਦੈਨ 59,000 ਸਬਸਕ੍ਰਾਈਬਰਸ ਨੇ ਬਿਨਾਂ ਮਿਹਨਤ ਤੋਂ ਤਾਂ ਦੁਨੀਆਂ 'ਤੇ ਕੁਛ ਨਹੀਂ ਹੁੰਦਾ ਇਸ ਕਰਕੇ ਮੈਂ ਸੋਚਿਆ ਕਿ ਜਿਹੜੇ ਸਾਡੇ ਸਬਸਕ੍ਰਾਈਬਰਸ ਨੇ ਉਹਨਾਂ ਨੂੰ ਬੁਲਾਈਏ ਅੱਜ ਦਾ ਇੰਡੀਅਨ ਸੈਵੇਜ ਰਿਸ਼ਭ ਦੇ ਨਾਲ ਸੋ ਵੈਲਕਮ ਰਿਸ਼ਭ ਥੈਂਕ ਯੂ ਸੋ ਮਚ ਆਪਣਾ ਟਾਈਮ ਦੇ ਲਈ ਟੋਰਾਂਟੋ ਦੇ ਵਿੱਚ ਮੈਂ ਕੋਈ ਚੱਕਰ ਨਹੀਂ ਭਾਜੀ ਹੋਰ ਸੁਣਾਓ ਬਹੁਤ ਵਧੀਆ ਬਹੁਤ ਵਧੀਆ ਬਾਕੀ ਜਦੋਂ ਵੀ ਤੁਹਾਨੂੰ ਮਿਲਣ ਦਾ ਮੌਕਾ ਮਿਲਦਾ ਆ ਫਿਰ ਖਿਆਲ ਹੋਰ ਵਧੀਆ ਹੋ ਜਾਂਦੇ ਨੇ ਬਹੁਤ ਹੀ ਵਧੀਆ ਲਾਈਕ ਛੋਟੀ ਜਿਹੀ ਗੱਲ ਮੈਂ ਕਹਿਣਾ ਚਾਹੂੰਗਾ ਰਿਸ਼ਭ ਦੇ ਬਾਰੇ ਇੰਡੀਅਨ ਸੈਵੇਜ ਇਹਨਾਂ ਦਾ ਚੈਨਲ ਹੈ ਯੂਟਿਊਬ 'ਤੇ ਅਤੇ ਬਹੁਤ ਅੱਛੀਆਂ ਵੀਡੀਓਜ਼ ਬਣਾਈਆਂ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਰਿਲੇਟਡ ਪਰ ਜਿੰਨੀਆਂ ਵਧੀਆ ਇਹਦਾ ਕੰਮ ਆ ਉਨਾ ਹੀ ਹੰਬਲ ਬੰਦਾ ਆ ਲਾਈਕ ਵਾਂਸ ਅਗੇਨ ਇਟਸ ਐਨ ਅਮੇਜ਼ਿੰਗ ਐਕਸਪੀਰੀਅੰਸ ਸਿਟਿੰਗ ਨੈਕਸਟ ਟੂ ਯੂ ਔਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੂੰਗਾ ਕਿ ਯੂਟਿਊਬ ਵੀਡੀਓਜ਼ ਦਾ ਸਿਲਸਿਲਾ ਕਿਵੇਂ ਸ਼ੁਰੂ ਹੋਇਆ ਵਟ ਮੇਡ ਯੂ ਟੂ ਕਮ ਟੂ ਯੂਟਿਊਬ ਓਕੇ ਬਾਈ ਸੋ ਇੱਕ ਸਿੰਪਲ ਹੀ ਚੀਜ਼ ਕਹੂੰਗਾ ਦੇਖੋ ਯੂਟਿਊਬ 'ਤੇ ਆਉਣ ਦਾ ਕੋਈ ਪੈਸਾ ਨਹੀਂ ਲੱਗਦਾ ਜਾਣ ਦਾ ਕੋਈ ਪੈਸਾ ਨਹੀਂ ਲੱਗਦਾ ਸੋ ਵਾਈ ਨੋਟ ਟੂ ਟ੍ਰਾਈ ਦਿਸ ਰਾਈਟ ਸੋ ਮੇਰਾ ਸ਼ੁਰੂ ਤੋਂ ਸੀਗਾ ਕਿ ਮੈਂ ਆਪਣੀ ਮੈਮਰੀ ਸ਼ੇਅਰ ਕਰਾਂ ਮੈਂ ਮੈਮਰੀ ਸ਼ੇਅਰ ਕਰਦਾ ਕਰਦਾ ਸੋ ਪਹਿਲਾਂ ਬਹੁਤ ਚੈਨਲ ਸੀ ਇੰਡੀਆ ਵਿੱਚ ਐਂਡ ਦੈਨ ਜਦੋਂ ਕੈਨੇਡਾ ਆਏ ਬਸ ਫਿਰ ਆਪਾਂ ਇੱਧਰ ਪਾਣੀ ਸ਼ੁਰੂ ਕਰ ਦਿੱਤੀ ਲਾਈਵ ਸ਼ੇਅਰ ਕਰਨਾ ਪੈਣ ਦੈਟ ਸੈਟ ਬਸ ਹੁਣ ਬਟ ਵੈਨ ਐਗਜੈਕਟਲੀ ਯੂ ਸਟਾਰਟਡ ਇਟ ਵਾਸ 2014 2014 ਤੋਂ ਸੋ ਰਿਸ਼ਭ ਸਭ ਤੋਂ ਪਹਿਲਾਂ ਇਹ ਜੋ ਨਾ ਕਿਉਂਕਿ ਮੈਂ ਤੁਹਾਡੇ ਵੱਲ ਜਦੋਂ ਰਿਸਰਚ ਕਰ ਰਿਹਾ ਸੀਗਾ ਮੈਂ ਦੇਖਿਆ ਕਿ ਤੁਸੀਂ ਕਾਫੀ ਪਹਿਲਾਂ ਤੋਂ ਇੰਸਟਾਗ੍ਰਾਮ 'ਤੇ ਤੁਹਾਡੇ ਥੋੜ੍ਹੀ ਜਿਹੀ ਲਾਈਕਸ ਦਿਸ ਦੈਨ ਯੂ ਕੈਪ ਡੂਇੰਗ ਇਟ ਇਹੋ ਜਿਹੀ ਕਿਹੜੀ ਚੀਜ਼ ਆ ਜਿਹੜੀ ਤੁਹਾਨੂੰ ਉਸ ਚੀਜ਼ ਦੇ ਉੱਤੇ ਕਰਦੇ ਰਹਿਣ ਨੂੰ ਯੂਨੋ ਇੰਸਪਾਇਰ ਕਰਦੀ ਜਾਂ ਮੋਟੀਵੇਟ ਕਰਦੀ ਕਿਉਂਕਿ ਜਦੋਂ ਇਟਸ ਨੋਟ ਈਜ਼ੀ ਟੂ ਗੈਟ ਔਨ ਵੈਬ ਥੋੜ੍ਹਾ ਜਿਹਾ ਫੋਲੋਇੰਗ ਨਹੀਂ ਪ੍ਰੋਪਰਲੀ ਬਣਦੀ ਮੋਸਟ ਆਫ ਦ ਪੀਪਲ ਲੀਵ ਵੀਡੀਓਜ਼ ਉਹ ਛੱਡ ਦਿੰਦੇ ਨੇ ਤੁਹਾਨੂੰ ਇਹੋ ਜਿਹੀ ਕਿਹੜੀ ਚੀਜ਼ ਨੇ ਮੋਟੀਵੇਟ ਕੀਤਾ ਕਿ ਤੁਸੀਂ ਕਰਦੇ ਰਹੋ ਉਸ ਚੀਜ਼ ਉਹ ਇਸ ਕਰਕੇ ਬਾਈ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 2014 ਨੇ ਸਟਾਰਟਡ ਯੂਟਿਊਬ ਰਾਈਟ ਸੋ ਉਸ ਟਾਈਮ ਤੋਂ ਸੀਗਾ ਜਿੱਦਾਂ ਪਹਿਲਾ ਚੈਨਲ ਬਣਾਇਆ ਕੁਝ ਸਿੱਖਣ ਨੂੰ ਮਿਲਿਆ ਠੀਕ ਆਹ ਚੀਜ਼ ਹੁੰਦੀ ਹੈ ਦੂਜੇ ਚੈਨਲ ਬਣਾਇਆ ਇੱਕ ਹੋਰ ਐਕਸਪੀਰੀਅੰਸ ਮਿਲਿਆ ਹੋਰ ਚੀਜ਼ਾਂ ਸਿੱਖਣ ਨੂੰ ਮਿਲਿਆ ਕਿ ਇੱਦਾਂ ਵੀ ਹੁੰਦਾ ਠੀਕ ਹੈ ਜਿੱਦਾਂ ਤੋਂ ਬਾਅਦ ਜਦੋਂ ਤੁਹਾਨੂੰ ਪਤਾ ਲੱਗ ਲੈਣਾ ਕਿ ਇਟਸ ਨੋਟ ਅਬਾਊਟ ਜਸਟ ਅ ਕੰਟੈਂਟ ਉਹਦੇ ਬੈਕਗਰਾਉਂਡ 'ਚ ਕੀ ਕੀ ਚੀਜ਼ਾਂ ਕੰਮ ਕਰਦੀਆਂ ਨੇ ਐਂਡ ਪੈਸ਼ਨ ਥੋੜ੍ਹਾ ਬਹੁਤ ਸੀਗਾ ਇਸ ਚੀਜ਼ਾਂ ਬਾਰੇ ਕਿ ਨਾਲੇ ਵੈਸੇ ਸ਼ੁਰੂ ਤੋਂ ਨੌਲੇਜ ਸ਼ੇਅਰ ਕਰਨ ਦਾ ਥੋੜ੍ਹਾ ਦਿਲ ਸੀਗਾ ਜਿੰਨਾ ਕੰਮ ਦਾ ਉਹਨਾਂ ਖੇਡ ਕਰਦੇ ਨੇ ਹੈ ਨਾ ਅਤੇ ਇਸ ਕਰਕੇ ਮੈਂ ਮੰਨਦਾ ਰਿਹਾ ਫਿਰ ਵੀਡੀਓਜ਼ ਜ਼ਿਆਦਾਤਰ ਜਿਹੜੀਆਂ ਤੁਹਾਡੀਆਂ ਵੀਡੀਓਜ਼ ਨੇ ਚਾਹੇ ਜਿਹੜੇ ਤੁਹਾਨੂੰ ਜਾਣਦੇ ਨੇ ਲੋਟ ਆਫ ਪੀਪਲ ਨੋ ਯੂ ਬਟ ਜਿਹੜੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਨੇ ਇੱਕ ਦੋ ਲਾਈਨਸ ਦੇ ਵਿੱਚ ਰਿਸ਼ਭ ਦੀਆਂ ਜਿਹੜੀਆਂ ਵੀਡੀਓਜ਼ ਨੇ ਤਾਂ ਇੰਡੀਅਨ ਸੈਵੇਜ ਵਟ ਟਾਈਪ ਆਫ ਵੀਡੀਓਜ਼ ਆਰ ਦੋਸ ਕੀ ਨੇ ਉਹਨਾਂ ਵੀਡੀਓਜ਼ ਦਾ ਕੰਟੈਂਟ ਕੀ ਆ ਓਕੇ ਸੋ ਇੱਥੇ ਮੈਂ ਇਹ ਗੱਲ ਕਹਿਣਾ ਚਾਹੂੰਗਾ ਯਾਰ ਸਟੂਡੈਂਟ ਲਾਈਫ ਦੇ ਰਿਲੇਟਡ ਆਈ ਵਿਲ ਟਰਾਈ ਟੂ ਕਵਰ ਐਵਰੀਥਿੰਗ ਇਹ ਸਿਰਫ ਇਹ ਚੀਜ਼ ਨਹੀਂ ਹੈ ਕਿ ਉਹ ਕੋਈ ਨਿਊਜ਼ ਚੈਨਲ ਨਹੀਂ ਹੈਗਾ ਨਾ ਹਾਂਜੀ ਨਾ ਕੋਈ ਅਖਬਾਰ ਨਾ ਕੁਛ ਆ ਕਿ ਮੈਂ ਨੈੱਟ ਤੋਂ ਪੜ੍ਹਿਆ ਦੱਸਦਾ ਇੰਨਾ ਦੱਸ ਇੱਦਾਂ ਕੁਛ ਨਹੀਂ ਆ ਇਟ ਵਿਲ ਬੀ ਆਲ ਦ ਥਿੰਗਸ ਵਿਚ ਹੈਵ ਐਕਸਪੀਰੀਅੰਸ ਉਹ ਚੀਜ਼ ਸ਼ੇਅਰ ਕਰਨਾ ਜਿਹੜੀਆਂ ਐਕਸਪੀਰੀਅੰਸ ਨਾਲ ਆਉਂਦੀਆਂ ਨਾ ਕਿ ਕਿਤੇ ਪੜ੍ਹ ਕੇ ਆਉਂਦੀਆਂ ਬਿਲਕੁਲ ਬਿਲਕੁਲ ਵੈਸੇ ਵੀ ਇੱਕ ਧੱਕੇ ਖਾ ਕੇ ਆਉਂਦੀ ਆ ਬਦਾਮਾਂ ਨਾਲ ਨਹੀਂ ਆਉਂਦੀ ਸੋ ਕਰ ਕਰਕੇ ਬੰਦਾ ਸਿੱਖਦਾ ਡਿੱਗ ਡਿੱਗ ਕੇ ਬੰਦਾ ਸ਼ੇਰ ਬਣ ਜਾਂਦਾ ਹੈ ਬਿਲਕੁਲ ਜੀ ਸੋ ਦੂਜੀ ਗੱਲ ਇਹ ਆ ਕਿ out of all the videos that you have done what type of videos do you really love tanu sab to vadh pasand kiddan diyan kardiyan videos ne main sahi dassan te I love cameras mainu cinematography da shauk se gana par itthe us da course nahi mil paya oh gall hor hai but main hun thode de pehle paise toronto night walk ਸੋ ਮੈਂ ਤਾਂ ਐਵੇਂ ਫੋਨ ਜੇ ਲਾ ਕੇ ਨਿਕਲ ਗਿਆ ਪਰ ਉਹ ਵੀ ਪਸੰਦ ਹੈ ਲੋਕਾਂ ਨੂੰ ਕਈ ਵਾਰ ਹੁੰਦਾ ਨਾ ਕਿ ਆਪਣੇ ਦਿਮਾਗ ਦੇ ਵਿੱਚ ਪਹਿਲਾਂ ਇੱਦਾਂ ਚੀਜ਼ਾਂ ਹੁੰਦੀਆਂ ਕਿ ਆਪਾਂ ਕੁਛ ਵੀ ਕਰੀਏ ਥੋੜ੍ਹਾ ਬਹੁਤ ਸੈਟੋਇਟ ਹੋ ਜਾਂਦਾ ਲੋਕਾਂ ਨੂੰ ਪਸੰਦ ਆਉਂਦਾ ਸੋ ਬੇਸਿਕਲੀ ਮੈਨੂੰ ਇਹ ਚੀਜ਼ਾਂ ਪਸੰਦ ਲੱਗਦੀਆਂ ਮੈਂ ਜ਼ਿਆਦਾ ਤੋਂ ਜ਼ਿਆਦਾ ਵਧੀਆ ਤਰੀਕੇ ਵਿੱਚ ਪ੍ਰੈਜੈਂਟ ਕਰਨਾ ਚਾਹੂੰਗਾ ਨਾ ਇੱਥੇ ਦੇ ਲਾਈਵ ਵਗੈਰਾ ਬਾਕੀ ਕਿੱਦਾਂ ਦੇ ਲੋਕ ਤੈਨੂੰ ਬਿਲਕੁਲ ਨਹੀਂ ਪਸੰਦ ਮੈਨੂੰ ਬਾਈ ਇਹ ਗੱਲ ਆ ਦੇਖੋ ਹਾਸੇ ਮਜ਼ਾਕ ਸਭ ਚਿਲ ਵਗੈਰਾ ਚੱਲਦਾ ਆ ਬਟ ਜਿਵੇਂ ਮੈਂ ਅਗਰ ਕੋਈ ਵੀਡੀਓ ਬਣਾ ਰਹਿਣਾ ਮੈਨੂੰ ਪੂਰੇ ਪੈਸ਼ਨ ਅਤੇ ਪੂਰੇ ਡੈਡੀਕੇਸ਼ਨ ਚਾਹੀਦੀ ਆ ਇਹ ਤਾਂ ਮੈਨੂੰ ਪਤਾ ਮੇਰੀ ਬੰਦੇ ਲੜਾਈ ਹੋਣੀ ਹੁਣ ਮੈਂ ਭਾਜੀ ਨੇ ਕੁਛ ਕਰਨ ਜਾਵਣਾ ਮੈਨੂੰ ਹੈਗਾ ਕਿ ਕੰਮ ਦੇ ਵੇਲੇ ਸਿਰਫ ਕੰਮ ਉਸ ਤੋਂ ਬਿਨਾਂ ਕੁਛ ਨਹੀਂ ਚਾਹੀਦਾ ਸੋ ਜਿਹੜੇ ਕੰਮ ਦੇ ਵੇਲੇ ਕੰਮ ਨਹੀਂ ਕਰਦੇ ਉਹ ਬੰਦੇ ਤੈਨੂੰ ਬਿਲਕੁਲ ਕਿੱਦਾਂ ਦੇ ਬੰਦੇ ਬਹੁਤ ਪਸੰਦ ਨੇ ਭਾਜੀ ਵਰਗੇ ਕਿਉਂਕਿ ਭਾਜੀ ਨੇ ਗੱਲ ਕਰਦੇ ਕਿ ਆਪਾਂ ਆਉਂਦੇ ਹਾਂ ਗੱਲ ਕਰਦੇ ਸੀਗੇ ਕਿ ਭਾਈ ਇਹਨਾਂ ਪਤਾ ਲੱਗਦਾ ਕਿ ਭਾਜੀ ਵੀ ਪੈਸ਼ਨ ਹੀ ਡੈਡੀਕੇਸ਼ਨ ਨਾਲ ਮੇਨ ਗੱਲ ਇਹ ਹੁੰਦੀ ਕਿ ਜਦੋਂ ਕੋਈ ਬੰਦਾ ਆਪਣੇ ਕੰਮ ਨੂੰ ਕਹਿ ਲਓ ਨਾ ਕਿ ਹਾਂ ਬਈ ਇਹ ਚੀਜ਼ ਮੈਂ ਡਨ ਕਰਤੀ ਹੈ ਮੇਰਾ 100% ਹੈ ਮੇਰੀ ਸੈਟੀਸਫੈਕਸ਼ਨ ਹੈ ਉੱਥੇ ਗੇਮ ਖਤਮ ਹੋ ਜਾਂਦੀ ਸੈਟੀਸਫੈਕਸ਼ਨ ਜੋ ਲਾਈਫ ਵਿੱਚ ਮਿਲਦੀ ਫਿਰ ਤੁਸੀਂ ਕਦੇ ਮਿਹਨਤ ਕਰਨੀ ਨਹੀਂ ਅੱਗੇ ਜਾਣ ਦੀ ਬਿਲਕੁਲ ਸੋ ਇਟਸ ਲਾਈਕ ਅਰਜ ਕਿ ਹੋਰ ਵਧੀਆ ਕਰਨਾ ਹੈ ਨਾ ਸੋ ਹੋਰ ਆਉਣ ਵਾਲੇ ਟਾਈਮ 'ਚ ਕੀ ਵਧੀਆ ਕਰਨਾ ਚਾਹੁੰਦੇ ਮੈਂ ਤਾਂ ਭਾਈ ਹੁਣ ਪਹਿਲਾਂ ਕੰਮ ਕਰਨਾ ਚਾਹਾਂਗਾ ਐਂਡ ਦੈਨ ਆਪਾਂ ਹੋਰ ਵੀ ਆਪਣੇ ਪਲਾਨਸ ਹੈਗੇ ਨੇ ਅੱਛਾ ਆਫੀਸ਼ੀਅਲੀ ਇਹਨੇ ਕਹਿ ਦਿੱਤਾ ਆ ਲਓ ਜੀ ਸਾਡੀ ਟੀਮ ਦੇ ਜਿੰਨੇ ਵੀ ਮੈਂਬਰਸ ਨੇ ਪਲੀਜ਼ ਸੁਣ ਲਓ ਕਿ ਰਿਸ਼ਭ ਵੁੱਡ ਲਵ ਟੂ ਬੀ ਅ ਪਾਰਟ ਆਫ ਇਟ ਤੇ ਸਾਡੀ ਕੋਸ਼ਿਸ਼ ਜ਼ਰੂਰ ਹੋਊਗੀ
ਤੇ ਇੱਕ ਰੈਪਿਡ ਫਾਇਰ ਕਰਾਂਗੇ ਸਾਡੇ ਸਾਡੇ ਸਬਸਕ੍ਰਾਈਬਰਸ ਦੇ ਲਈ। ਸੋ ਦੇਖਦੇ ਹਾਂ ਕੈਨੇਡਾ ਵਿੱਚ ਸਭ ਤੋਂ, ਤੁਸੀਂ ਇੱਕ ਦੋ ਹੱਦ ਤਿੰਨ ਵਰਡਸ 'ਚ ਜਵਾਬ ਦੇਣਾ ਹੈ। ਚਲੋ ਠੀਕ ਹੈ, ਕੈਨੇਡਾ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਕੀ ਆ, ਸਹੇਲੀ ਜਾਂ ਹਵੇਲੀ? ਹਵੇਲੀ, ਕਿਉਂਕਿ ਸਹੇਲੀ ਤਾਂ ਆਪ ਹੀ ਆਈ ਨਹੀਂ ਬਾਈ। ਹਵੇਲੀ ਹੋਈ ਕਾਰ ਜਾਂ ਕੰਮ ਕਾਰ? ਕੰਮ ਕਾਰ ਹੋਊਗਾ ਤਾਂ ਕਾਰ ਵੀ ਆਏਗੀ। ਓਕੇ, ਘਰ ਦੇ ਅੰਦਰ ਜਾਂ ਬਾਹਰ? ਬਾਹਰ, ਬਾਹਰ ਬਾਹਰ ਟਰੈਵਲਿੰਗ ਕਰਨਾ ਜ਼ਿਆਦਾ ਵਧੀਆ ਲੱਗਦਾ। ਓਕੇ, ਆਲਰਾਈਟ, ਤੇ ਉਹਦੇ ਨਾਲ ਜੇ ਸ਼ਹਿਰ ਮੋਂਟਰੀਅਲ ਤੋਂ, ਸੋਰੀ ਟੋਰਾਂਟੋ ਤੋਂ ਬਾਹਰ ਜੇ ਘੁੰਮਣਾ ਹੋਵੇ, ਸੋ ਕਿਹੜੇ ਦੋ ਸ਼ਹਿਰਾਂ 'ਚੋਂ ਇੱਕ ਸ਼ਹਿਰ ਚੂਜ਼ ਕਰੋਗੇ, ਨਿਊਯਾਰਕ ਜਾਂ ਮੋਂਟਰੀਅਲ? ਫਿਲਹਾਲ ਇਹ ਤਾਂ ਮੋਂਟਰੀਅਲ ਦਿਸ ਰਿਹਾ। ਬਹੁਤ ਸਮਾਰਟ ਆਨਸਰ ਦਿੰਦੇ ਨੇ। ਇੰਡੀਅਨ ਗਰਲ ਔਰ ਨਾਨ ਇੰਡੀਅਨ ਗਰਲ? ਇੰਡੀਅਨ ਗਰਲ, ਬਿਕੋਜ਼ ਯੂ ਆਰ ਇੰਡੀਅਨ। ਕਿਆ ਕਰਦੇ? ਰਿਸ਼ਭ ਇਜ਼ ਅ ਗੁੱਡ ਬੋਏ ਔਰ ਅ ਬੈਡ ਬੋਏ? ਮੇ ਬੀ ਬੈਡ ਬੋਏ ਫੋਰ ਮੀ ਹੈ, ਤਾਂ ਤੁਸੀਂ ਕੀ ਸੋਚਦੇ ਹੋ ਤੁਹਾਡੇ 'ਤੇ ਡਿਪੈਂਡ ਕਰਦਾ। ਆਲਰਾਈਟ, ਐਂਡ ਫੇਵਰੇਟ ਕਾਰ ਔਰ ਹਾਊਸ, ਵਾਟ ਵੁੱਡ ਯੂ ਲਾਈਕ ਟੂ ਚੇਂਜ ਵਨ? ਦੈਨ ਆਈ ਵਿਲ ਗੋ ਵਿਦ ਹਾਊਸ। ਸਮਾਰਟ, ਸੋ ਕਹਿਣ ਦਾ ਮਤਲਬ ਕਿ ਉਹ ਚੀਜ਼ ਜਿਹੜੀ ਤੁਹਾਡੀ ਵੈਲਿਊ ਬਣਾਊਗੀ, ਨਾ ਕਿ ਖਰਚਾ ਕਰਾਊਗੀ। ਸੋਹਣੀ ਗੱਡੀ ਜਾਂ ਮਹਿੰਗੀ ਗੱਡੀ? ਬਾਈ ਅਸੀਂ ਤਾਂ ਗੱਡੀ ਨੱਡੀਆਂ ਆਪ ਹੀ ਆ ਜਾਂਦੀਆਂ, ਨੱਡੀਆਂ ਦੀ ਕਾਰ ਨਹੀਂ ਹੈਗੀ। ਪਲਾਜ਼ਾ ਲੈ ਕੇ ਜਾਓ, ਗੱਡੀ ਹੀ ਸੋਹਣੀ ਸੀ ਤਾਂ ਨੱਡੀ ਵੀ ਆਪ ਹੀ ਆ ਜਾਂਦੀਆਂ। ਲਓ ਜੀ, ਇੰਡੀਅਨ ਸੈਵਜ ਦੀ ਬੋਲਡ ਸਟੇਟਮੈਂਟ ਆ ਕਿ ਸੋਹਣੀ ਜਿਹੀ ਗੱਡੀ ਪਲਾਜ਼ੇ 'ਚ ਲੈ ਕੇ ਜਾਓ, ਅਤੇ ਨਹੀਂ ਮਹਿੰਗੀ ਜਿਹੀ ਗੱਡੀ ਪਲਾਜ਼ੇ 'ਚ ਲੈ ਕੇ ਜਾਓ ਅਤੇ ਸੋਹਣੀ ਜਿਹੀ ਨੱਡੀ ਜ਼ਿੰਦਗੀ 'ਚ ਆ ਜਾਂਦੀ ਆ। ਖੈਰ, ਮੈਂ ਇਸ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੂੰਗਾ। ਤੁਹਾਨੂੰ ਅੱਜ ਗੱਲਬਾਤ ਕਿੱਦਾਂ ਦੀ ਲੱਗੀ? ਛੋਟਾ ਜਿਹਾ ਅਟੈਂਪਟ ਸੀਗਾ, ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਯੂਟਿਊਬਰਸ ਦੋਸਤ ਨੇ ਉਹ ਆਪਣੀਆਂ ਵੀਡੀਓਜ਼ ਨੂੰ ਪ੍ਰਮੋਟ ਕਰਦੇ ਨੇ, ਇਨ ਦਾ ਸੈਂਸ ਕਿ ਸਾਡੀਆਂ ਜਿਹੜੀਆਂ ਬਣਾਈਆਂ ਪੰਜਾਬੀ ਸ਼ਾਇਰੀ ਵੀਡੀਓਜ਼ ਨੇ, ਪੰਜਾਬੀ ਰੈਪ ਹੈ ਜਾਂ ਸਪੋਕਨ ਵਰਡ ਹੈ, ਉਹਨਾਂ ਨੂੰ ਬਹੁਤ ਸਪੋਰਟ ਦਿੱਤੀ ਇਹਨਾਂ ਨੇ। ਸਾਡੀ ਵੀ ਇੱਕ ਕੋਸ਼ਿਸ਼ ਆ ਕਿ ਕਿਉਂ ਨਾ ਅਸੀਂ ਆਪਣੇ ਸਬਸਕ੍ਰਾਈਬਰਸ ਨਾਲ ਇਹਨਾਂ ਨੂੰ ਇੰਟਰਡਿਊਸ ਕਰਵਾਇਆ ਜਾਵੇ। ਤੁਹਾਨੂੰ ਇਹ ਅਟੈਂਪਟ ਕਿੱਦਾਂ ਦਾ ਲੱਗਾ ਜ਼ਰੂਰ ਦੱਸਿਓ, ਜਾਂਦੇ ਜਾਂਦੇ ਸਾਡੇ ਸਬਸਕ੍ਰਾਈਬਰਸ ਨੂੰ ਕੀ ਗੱਲ ਸਾਂਝੀ ਕਰਨਾ ਚਾਹੁੰਦਾ। ਮੈਂ ਇਹ ਕਹਿਣਾ ਚਾਹੂੰਗਾ ਕਿ ਬਾਈ ਮੇਰੀ ਵੀਡੀਓਸ ਤਾਂ ਦੇਖੋ, ਸਬਸਕ੍ਰਾਈਬ ਕਰੋ, ਐਂਡ ਭਾਜੀ ਉਹਨਾਂ ਦੇ ਬਹੁਤ ਸਾਰੇ ਟਰੈਕਸ ਨੇ, ਠੀਕ ਹੈ, ਕਾਫੀ ਘਰੇ ਘਰੇ ਡਿਫਰੈਂਟ ਜੋਨਰ ਦੇ ਨੇ, ਅਤੇ ਤੁਸੀਂ ਇੰਜੋਏ ਕਰੋਗੇ ਅਤੇ ਸਪੋਰਟ ਕਰਦੇ ਰਹੋ ਭਾਈ ਉਹਨਾਂ ਨੂੰ। ਅੱਜ ਵੀ ਆਪਾਂ ਘੁੰਮੇ, ਜ਼ਿਆਦਾਤਰ ਤਾਂ ਭਾਈ ਉਹਨਾਂ ਦੇ ਫੈਨ ਸੀਗੇ, ਇਹਨਾਂ ਪਤਾ ਲੱਗਦਾ ਕਿ ਟਰੂ ਸਪੋਰਟਿੰਗ ਕੀ ਹੁੰਦੀ ਹੈ, ਠੀਕ ਹੈ। ਐਵੇਂ ਇਕੱਲੇ ਨੰਬਰ ਦੇ ਨਾਲ ਗੇਮ ਨਹੀਂ ਬਣਦੀ ਹੁੰਦੀ ਹੈ, ਗੇਮ ਹੁੰਦੀ ਹੈ ਅਸਲ ਵਿੱਚ ਕਿੰਨੇ ਬੰਦੇ ਸਟੈਂਡ 'ਚ ਖੜ੍ਹਦੇ। ਭਾਜੀ ਉਹਨਾਂ ਨਾਲ ਹੈਗੇ ਹੁੰਦੇ, ਤੁਸੀਂ ਸਟੈਂਡ ਕਰਦੇ ਰਹੋ, ਠੀਕ ਹੈ, ਨਾਲ ਖੜ੍ਹੇ ਰਹੋ, ਸਪੋਰਟ ਕਰਦੇ ਰਹੋ। ਬਾਕੀ ਜੀ, ਜਿੰਨੇ ਵੀ ਸਾਡੇ ਸਬਸਕ੍ਰਾਈਬਰਸ ਨੇ, ਜੇ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਅਪਡੇਟਡ ਇਨਫੋਰਮੇਸ਼ਨ ਚਾਹੁੰਦੇ ਹੋ, ਸਪੈਸ਼ਲੀ ਟੋਰਾਂਟੋ ਦੇ ਵਿੱਚ, ਦੇ ਡੂ ਫੋਲੋ ਹਿਸ ਚੈਨਲ, ਬਹੁਤ ਹੀ ਓਨੈਸਟਲੀ ਨਾਲ ਕੰਮ ਕਰਦਾ ਹੈ ਰਿਸ਼ਭ। ਆਮ ਪਰਸਨਲੀ ਅ ਫੈਨ ਆਫ ਹਿਸ ਵਰਕ, ਅਤੇ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋ ਇਸ ਯੂਟਿਊਬ ਚੈਨਲ 'ਤੇ। ਹੱਸਦੇ ਮੁਸਕਰਾਉਂਦੇ ਰਹੋ ਜੀ, ਰੱਬ ਰਾਖਾ। ਹਾਂਜੀ, ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਕਮੈਂਟਸ ਤੇ ਸੁਜੈਸ਼ਨਸ ਰਾਹੀਂ ਜ਼ਰੂਰ ਦੱਸਣਾ। ਉਸ ਦੇ ਨਾਲ ਨਾਲ ਸਾਡੀਆਂ ਹੋਰ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰੋ ਯੂਟਿਊਬ ਚੈਨਲ, ਤੇ ਉਸ ਦੇ ਅੱਗੇ ਬੈਲ ਦਾ ਬਟਨ ਕਲਿੱਕ ਕਰੋ ਤਾਂ ਕਿ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ। ਹੋਰ ਅਪਡੇਟਸ ਲਈ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਕਰ ਸਕਦੇ ਹੋ, ਫੇਸਬੁੱਕ ਪੇਜ ਹੈ ਜੌਨੀ ਹੰਸ। ਹੱਸਦੇ ਵੱਸਦੇ ਰਹੋ ਜੀ, ਰੱਬ ਰਾਖਾ।